ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ, ਕਿਉਂਕਿ ਇਸਰੋ ਕੋਈ ਛੋਟੀ ਜਗ੍ਹਾ ਨਹੀਂ ਹੈਗੀ। ਇਸਰੋ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ, ਅਤੇ ਇਸ ਲਈ ਮੈਨੂੰ ਇਹ ਓਪਰਚੁਨਿਟੀ ਮਿਲੀ, ਮੈਂ ਬਹੁਤ ਖੁਸ਼ ਹਾਂ। ਅਸੀਂ ਇੱਥੇ ਬਹੁਤ ਜ਼ਿਆਦਾ ਖੁਸ਼ ਹਾਂ, ਕਿਉਂਕਿ ਇਸ ਬੱਚੇ ਨੇ ਸਾਡੇ ਸਕੂਲ ਦਾ, ਪਿੰਡ ਦਾ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ, ਮੈਂ ਈਵਨ ਮੈਨੂੰ ਜ਼ਿਆਦਾ ਖੁਸ਼ੀ ਤਾਂ ਇਸ ਕਰਕੇ ਹੈਗੀ ਕਿ ਮੈਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਾ ਰਹੀ ਹਾਂ ਅਤੇ ਇਹਨਾਂ ਬੱਚਿਆਂ ਲਈ ਕੰਮ ਕਰ ਰਹੀ ਹਾਂ। ਸਰ, ਮੈਂ ਤਾਂ ਇਹੀ ਗੱਲ ਕਹੂੰਗਾ ਕਿ ਲੜਕੀ ਉਹ ਲੜਕੇ 'ਚ ਨਹੀਂ ਫਰਕ ਕਰਨਾ ਚਾਹੀਦਾ, ਧੀਆਂ ਲੜਕੀਆਂ ਨਾਲੋਂ ਸ਼ਾਇਦ ਜ਼ਿਆਦਾ ਮਾਣ ਸਾਨੂੰ ਦਿੰਦੀਆਂ ਨੇ। ਨਿੱਕੀ ਜਿਹੀ ਉਮਰੇ ਇਸ ਧੀ ਨੇ ਇੱਕ ਵੱਡਾ ਮੁਕਾਮ ਹਾਸਲ ਕੀਤਾ, ਜੋ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਰਹੇ ਨੇ ਤੇ ਵਧਾਈਆਂ ਦੇ ਰਹੇ ਨੇ। 10ਵੀਂ ਜਮਾਤ 'ਚ ਪੜ੍ਹਨ ਵਾਲੀ ਇਸ ਵਿਦਿਆਰਥਣ ਗੁਰਲੀਨ ਕੌਰ ਨੂੰ ਇੱਕ ਵੱਡਾ ਮੁਕਾਮ ਮਿਲਿਆ ਹੈ। ਗੁਰਲੀਨ ਕੌਰ ਇਸਰੋ ਦੇ ਵੱਡੇ ਵੱਡੇ ਵਿਗਿਆਨੀਆਂ ਦੇ ਨਾਲ ਕੰਮ ਕਰੇਗੀ ਤੇ ਕੰਮ ਸਿੱਖੇਗੀ। ਯੰਗ ਸਾਇੰਟਿਸਟ ਪ੍ਰੋਗਰਾਮ ਇਸਰੋ ਦੇ ਲਈ ਉਸਦੀ ਨਿਯੁਕਤੀ ਵੀ ਹੋ ਚੁੱਕੀ ਹੈ, ਜਿਸ ਲਈ ਮਾਪਿਆਂ ਨੂੰ ਤੇ ਸਕੂਲ ਸਟਾਫ ਨੂੰ ਵੀ ਖੁਸ਼ੀ ਨਾਲ ਚਾਅ ਚੜਿਆ ਹੋਇਆ ਹੈ। ਦੱਸਦੇ ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁੜ ਦੀ ਇਹ ਵਿਦਿਆਰਥਣ ਹੈ ਗੁਰਲੀਨ ਕੌਰ, ਜਿਸਨੇ ਆਪਣਾ ਹੀ ਨਹੀਂ ਆਪਣੇ ਮਾਪਿਆਂ ਦਾ, ਆਪਣੇ ਪੰਜਾਬ ਦਾ, ਪੂਰੇ ਦੇਸ਼ 'ਚ ਨਾਮ ਰੋਸ਼ਨ ਕੀਤਾ ਹੈ। ਗੁਰਲੀਨ ਕੌਰ ਦੇ ਯੰਗ ਸਾਇੰਟਿਸਟ ਪ੍ਰੋਗਰਾਮ ਇਸਰੋ ਦੇ ਲਈ ਨਿਯੁਕਤੀ ਹੋਈ ਹੈ ਤੇ ਗੁਰਲੀਨ ਹੁਣ ਇਸਰੋ ਦੇ ਵੱਡੇ ਵੱਡੇ ਵਿਗਿਆਨੀਆਂ ਦੇ ਨਾਲ ਕੰਮ ਸਿੱਖੇਗੀ, ਉਹਨਾਂ ਨਾਲ ਰਹਿ ਕੇ ਕੰਮ ਕਰੇਗੀ। 2 ਹਫ਼ਤਿਆਂ ਲਈ ਗੁਰਲੀਨ ਕੌਰ ਇਸਰੋ ਦੇ ਵਿਗਿਆਨੀਆਂ ਦੇ ਨਾਲ ਹੀ ਰਹੇਗੀ, ਜਿੱਥੇ ਉਸਨੂੰ ਕਾਫੀ ਕੁਛ ਸਿੱਖਣ ਨੂੰ ਮਿਲੇਗਾ। ਆਪਣੀ ਧੀ ਦੀ ਇਸ ਉਪਲਬਧੀ ਤੇ ਜਿੱਥੇ ਮਾਪਿਆਂ ਨੂੰ ਚਾਅ ਚੜਿਆ ਹੋਇਆ, ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ, ਤਾਂ ਉਧਰ ਹੀ ਸਕੂਲ ਸਟਾਫ ਵੱਲੋਂ ਵੀ ਗੁਰਲੀਨ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਗੁਰਲੀਨ ਨੇ ਦੱਸਿਆ ਹੈ ਕਿ ਉਹ ਕਾਫੀ ਸਮੇਂ ਤੋਂ ਇਸਰੋ 'ਚ ਜਾਣ ਦੀ ਤਿਆਰੀ ਕਰ ਰਹੀ ਸੀ, ਕਿਉਂਕਿ ਉਹ ਵੱਡੀ ਹੋ ਕੇ ਸਾਇੰਟਿਸਟ ਹੀ ਬਣਨਾ ਚਾਹੁੰਦੀ ਹੈ। ਗੁਰਲੀਨ ਦਾ ਕਹਿਣਾ ਹੈ ਕਿ ਉਸਨੇ ਕਾਫੀ ਮਿਹਨਤ ਕੀਤੀ ਹੈ ਤੇ ਉਹ ਇਸ ਤੋਂ ਵੀ ਵੱਡਾ ਮੁਕਾਮ ਹਾਸਲ ਕਰੇਗੀ। ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ, ਕਿਉਂਕਿ ਇਸਰੋ ਕੋਈ ਛੋਟੀ ਜਗ੍ਹਾ ਨਹੀਂ ਹੈਗੀ। ਇਸਰੋ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ, ਅਤੇ ਇਸ ਲਈ ਮੈਨੂੰ ਇਹ ਓਪਰਚੁਨਿਟੀ ਮਿਲੀ, ਮੈਂ ਬਹੁਤ ਖੁਸ਼ ਹਾਂ। ਇਸ ਤੋਂ ਪਹਿਲਾਂ ਵੀ ਤੁਹਾਡੇ ਵੱਲੋਂ ਕੋਈ ਪ੍ਰੋਜੈਕਟ 'ਤੇ ਕੰਮ ਕੀਤਾ ਜਾ ਚੁੱਕਿਆ? ਹਾਂਜੀ। ਕਿਹੜੇ ਕਿਹੜੇ ਪ੍ਰੋਜੈਕਟ ਤਿਆਰ ਕੀਤੇ ਗਏ ਨੇ ਜਾਂ ਕੰਮ ਕਰ ਚੁੱਕੇ ਨੇ ਤੁਸੀਂ? ਅਸੀਂ ਪਹਿਲਾਂ ਮੇਕਿੰਗ ਪੇਪਰ ਫਰੋਮ ਹੈਂਪ ਕੀਤਾ ਸੀ ਪ੍ਰੋਜੈਕਟ, ਫਿਰ ਉਸ ਤੋਂ ਬਾਅਦ ਅਸੀਂ ਫਿਜ਼ੀਕਲ ਟੈਸਟਿੰਗ ਫਰੋਮ ਹੈਂਡਮੇਡ ਪੇਪਰ ਦਾ ਪ੍ਰੋਜੈਕਟ ਕੀਤਾ ਸੀ। ਏਮ ਕਿਆ ਅੱਗੇ ਜਾ ਕੇ? ਮੇਰਾ ਏਮ ਹੈਗਾ ਕਿ ਮੈਂ ਭਵਿੱਖ ਵਿੱਚ ਆਪਣੀ ਸਾਇੰਸ ਨੂੰ ਹੀ ਅਪਣਾਉਣਾ ਚਾਹੁੰਦੀ ਹਾਂ। ਮੇਰੀ ਦਿਲਚਸਪੀ ਜ਼ਿਆਦਾ ਸਾਇੰਸ ਵਿੱਚ ਹੀ ਆ। ਸਕੂਲ ਸਟਾਫ ਸਾਡੇ ਬਹੁਤ ਵਧੀਆ ਹੈ, ਪਵਨ ਮੈਮ ਸਾਨੂੰ ਸਪੈਸ਼ਲੀ ਬਹੁਤ ਵਧੀਆ ਗਾਈਡ ਕਰਦੇ ਆ, ਕਦੀ ਵੀ ਉਹਨਾਂ ਨੇ ਸਾਨੂੰ ਮਤਲਬ ਡਾਂਟਿਆ ਨਹੀਂ ਹੈਗਾ, ਅਤੇ ਸਪੈਸ਼ਲੀ ਹੈਡ ਮੈਮ ਵੀ। ਹਾਂਜੀ, ਸਾਡੀ ਸਟੂਡੈਂਟ ਹੈ, ਪਹਿਲੇ 9th 'ਚ ਸੀਗੀ, ਹੁਣ 10th 'ਚ ਹੋਈ ਹੈ, ਗੁਰਲੀਨ ਕੌਰ, ਉਹਦੀ ਸਿਲੈਕਸ਼ਨ ਹੋਈ ਹੈ IIRS ਦੇਹਰਾਦੂਨ ਲਈ। ਅਸੀਂ ਇੱਥੇ ਬਹੁਤ ਜ਼ਿਆਦਾ ਖੁਸ਼ ਹਾਂ, ਕਿਉਂਕਿ ਇਸ ਬੱਚੇ ਨੇ ਸਾਡੇ ਸਕੂਲ ਦਾ, ਪਿੰਡ ਦਾ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਇਹਦੇ ਲਈ ਅਸੀਂ ਇਹਨੂੰ ਬਹੁਤ ਵਧਾਈਆਂ ਦਿੰਦੇ ਹਾਂ, ਅਤੇ ਪਲੱਸ ਇਹ ਬੱਚੇ ਦੀ ਮਿਹਨਤ, ਪਵਨ ਮੈਮ, ਸ਼੍ਰੀਮਤੀ ਪਵਨਦੀਪ ਚੌਧਰੀ ਸਾਇੰਸ ਮਿਸਟਰ ਹੈ ਸਾਡੇ ਸਕੂਲ 'ਚ, ਉਹਨਾਂ ਦੀ ਮਿਹਨਤ ਦਾ ਹੀ ਨਤੀਜਾ ਹੈ, ਅਤੇ ਸਾਡਾ ਸਟਾਫ ਪੂਰਾ ਕੋਆਪਰੇਟਿਵ ਹੈ, ਜਿਨ੍ਹਾਂ ਦੀ ਮਿਹਨਤ ਦੇ ਸਦਕਾ ਇਹ ਬੱਚਾ ਇੱਥੋਂ ਤੱਕ ਪਹੁੰਚਿਆ ਹੈ। ਦੇਸ਼ ਭਰ ਦੇ ਵਿੱਚੋਂ 350 ਸਟੂਡੈਂਟਸ ਦੀ ਸਿਲੈਕਸ਼ਨ ਹੋਈ ਹੈ। ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚੋਂ 2 ਸਟੂਡੈਂਟਸ ਦੀ ਸਿਲੈਕਸ਼ਨ ਹੋਈ ਹੈ, ਜਿਸ ਵਿੱਚ ਇੱਕ ਸਰਕਾਰੀ ਸਕੂਲ, ਤੁਹਾਡੇ ਸਕੂਲ ਦੀ ਸਿਲੈਕਸ਼ਨ ਹੋਈ ਹੈ, ਇੱਕ ਵੱਡੀ ਉਪਲਬਧੀ ਆਪਾਂ ਕਹਿ ਸਕਦੇ ਸਕੂਲ ਦੀ। ਜੀ ਬਿਲਕੁਲ, ਸਰਕਾਰੀ ਸਕੂਲ ਦੀ ਬਹੁਤ ਵੱਡੀ ਉਪਲਬਧੀ ਹੈ। ਅੱਜ ਕੱਲ੍ਹ ਸਾਡੇ ਸਕੂਲਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਐਜ਼ ਕੰਪੇਅਰ ਟੂ ਪ੍ਰਾਈਵੇਟ ਸਕੂਲ। ਸਾਡੇ ਸਕੂਲਾਂ ਦੇ ਵਿੱਚ ਸਟਾਫ ਵੈੱਲ ਕੁਆਲੀਫਾਈਡ ਹੈ ਅਤੇ ਬਹੁਤ ਜ਼ਿਆਦਾ ਮਿਹਨਤੀ ਹੈ,
ਅਸੀਂ ਤੁਹਾਡੇ ਮਾਧਿਅਮ ਤੋਂ ਹੀ ਪੇਰੈਂਟਸ ਨੂੰ ਬਾਕੀ ਪੇਰੈਂਟਸ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ, ਮੈਂ ਅਪੀਲ ਕਰਨਾ ਚਾਹੁੰਦੀ ਹਾਂ ਕਿ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਪਾਓ। ਇਸ ਤੋਂ ਪਹਿਲਾਂ ਵੀ ਤੁਹਾਡਾ ਇੱਕ ਸਟੂਡੈਂਟ ਇਹ ਅਚੀਵਮੈਂਟ ਪ੍ਰਾਪਤ ਕਰ ਚੁੱਕਿਆ, ਹੁਣ ਦੂਸਰੀ ਵਾਰ ਤੁਹਾਡੇ ਬੱਚੇ ਨੇ ਉਪਲਬਧੀ ਹਾਸਲ ਕੀਤੀ ਹੈ ਤੁਹਾਡੀ ਸਕੂਲ ਦੇ ਬੱਚੇ ਨੇ। ਹਾਂਜੀ, ਇਹ ਪਹਿਲਾਂ ਸਾਡੀ ਸੁਖਦੀਪ ਕੌਰ ਗਈ ਸੀਗੀ ਪਿਛਲੇ ਸਾਲ, ਇਸ ਸਾਲ ਸਾਡੀ ਗੁਰਲੀਨ ਕੌਰ ਦਾ ਸਿਲੈਕਸ਼ਨ ਹੋਇਆ ਹੈ, ਬਹੁਤ ਜ਼ਿਆਦਾ ਪ੍ਰਾਊਡ ਵਾਲੀ ਗੱਲ ਹੈ। ਕੱਲ੍ਹ ਹੀ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਬੈਂਸ ਜੀ ਨੇ ਆਪਣੇ ਫੇਸਬੁੱਕ 'ਤੇ ਸਾਡੇ ਬੱਚੇ ਦਾ ਪਾਇਆ ਸੀਗਾ, ਉਹਨਾਂ ਨੇ ਵੀ ਸ਼ੇਅਰ ਕੀਤਾ ਸੀਗਾ, ਤੋ ਇਹ ਬਹੁਤ ਜ਼ਿਆਦਾ ਪ੍ਰਾਊਡ ਵਾਲੀ ਗੱਲ ਹੈ ਕਿ ਲਗਾਤਾਰ 2 ਸਾਲ ਸਾਡਾ ਬੱਚਾ ਸਿਲੈਕਟ ਹੋ ਰਿਹਾ। ਮੈਮ, ਜਿਵੇਂ ਕਿ ਇਸਰੋ ਦੇ ਵਿੱਚ ਟ੍ਰੇਨਿੰਗ ਲੱਗਦੀ ਹੈ, 15 ਦਿਨ ਦੀ ਟ੍ਰੇਨਿੰਗ ਹੈ ਜਿਵੇਂ ਕਿ ਤੁਸੀਂ ਦੱਸਿਆ, ਇਹਦਾ ਇਨ ਫਿਊਚਰ ਸਟੂਡੈਂਟਸ ਲਈ ਕੀ ਬੈਨੀਫਿਟਸ ਨੇ? ਇਹਦੇ ਬੈਨੀਫਿਟ, ਇੱਕ ਤਾਂ ਇਸਰੋ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਆਪਣੇ ਪ੍ਰੈਸਟੀਜੀਅਸ ਇੰਸਟੀਟਿਊਟ ਹੈ, ਉਹਦੇ ਵਿੱਚ ਬੱਚਾ 15 ਦਿਨ ਦੀ ਟ੍ਰੇਨਿੰਗ ਲੈਂਦਾ ਹੈ, ਉੱਥੇ ਸਾਇੰਟਿਸਟ ਦੇ ਨਾਲ ਇੰਟਰੈਕਸ਼ਨ ਹੁੰਦੀ ਹੈ, ਇਹਨਾਂ ਦੀਆਂ ਕਲਾਸਿਸ ਲੱਗਦੀਆਂ ਨੇ, ਇਹਨਾਂ ਨੂੰ ਰੋਕੇਟ ਲਾਂਚਿੰਗ ਬਾਰੇ ਦੱਸਿਆ ਜਾਂਦਾ ਹੈ। ਈਵਨ ਪਿਛਲੇ ਸਾਲ ਸਾਡੀ ਲੜਕੀ ਕਹਿੰਦੀ ਸੀ ਕਿ ਅਸੀਂ ਵਾਟਰ ਰੋਕੇਟਸ ਬਣਾ ਕੇ ਲਾਂਚ ਵੀ ਕੀਤੇ ਹੈ। ਸੋ ਇੱਕ ਸਾਇੰਟੀਫਿਕ ਟੈਂਪਰਾਮੈਂਟ ਵੱਧਦਾ ਹੈ ਬੱਚੇ ਦਾ ਸਾਇੰਸ ਵੱਲ ਰੁਝਾਨ ਵੱਧਦਾ ਹੈ, ਬੱਚੇ ਦੀ ਬਹੁਤ ਜ਼ਿਆਦਾ ਐਕਸਟਰਾ ਕਰੀਕੁਲਰ ਐਕਟੀਵਿਟੀਜ਼ 'ਚ ਵੀ ਧਿਆਨ ਜਾਂਦਾ ਹੈ, ਅਤੇ ਪਲੱਸ ਉੱਥੇ ਉਹ IMA ਵਗੈਰਾ ਵਿੱਚ ਵੀ ਵਿਜ਼ਿਟ ਕਰਵਾਉਂਦੇ ਹੈ। ਬਹੁਤ ਸਾਰੇ ਪੇਰੈਂਟਸ ਅਜਿਹੇ ਹੁੰਦੇ ਨੇ, ਸਟੂਡੈਂਟਸ ਅਜਿਹੇ ਹੁੰਦੇ ਨੇ ਕਿ ਅਸੀਂ 10th+2 ਕਰਨੀ ਹੈ, ਉਸ ਤੋਂ ਬਾਅਦ ਆਪਾਂ ਆਇਲਸ ਵੱਲ ਜ਼ਿਆਦਾ ਧਿਆਨ ਦੇਣਾ, ਤਾਂ ਇਸ ਤੋਂ ਬਾਅਦ ਆਪਾਂ ਐਬਰੋਡ ਜਾਵਾਂਗੇ। ਸਟੂਡੈਂਟਸ ਦੇ ਨਾਲ ਨਾਲ ਉਹਨਾਂ ਦੇ ਪੇਰੈਂਟਸ ਦਾ ਵੀ, ਯਾਨੀ ਕਿ ਮਾਪਿਆਂ ਦੇ ਮਾਇੰਡ ਵਿੱਚ ਵੀ ਕਿਤੇ ਨਾ ਕਿਤੇ ਹੈ ਕਿ ਅੱਜ ਵੀ ਸਰਕਾਰੀ ਸਕੂਲ ਉਸ ਲੈਵਲ 'ਤੇ ਨਹੀਂ ਪਹੁੰਚੇ ਨੇ ਜਿਸ ਥਾਂ 'ਤੇ ਅੱਜ ਪ੍ਰਾਈਵੇਟ ਸਕੂਲ ਅਚੀਵਮੈਂਟਸ ਪ੍ਰਾਪਤ ਕਰ ਰਹੇ ਨੇ। ਕੀ ਕਹਿਣਾ ਚਾਹੁੰਦੇ ਹੋ ਕਿ ਇੱਕ ਵੱਡੀ ਉਪਲਬਧੀ ਹੈ ਪ੍ਰਾਈਵੇਟ ਸਕੂਲ ਦੀ ਸਿਲੈਕਸ਼ਨ ਜਾਂ ਗਵਰਨਮੈਂਟ ਸਕੂਲ ਦੀ ਲਗਾਤਾਰ ਸੈਕਿੰਡ ਟਾਈਮ ਤੁਹਾਡੇ ਸਕੂਲ ਦੀ ਹੋ ਸਕਦੀ? ਹਾਂਜੀ, ਇਹ ਬਹੁਤ ਵੱਡੀ ਉਪਲਬਧੀ ਹੈ, ਪੇਰੈਂਟਸ ਨੂੰ ਸਮਝਣਾ ਚਾਹੀਦਾ ਹੈ। ਹੁਣ ਤਾਂ ਮੀਡੀਆ ਵੱਲੋਂ ਕਵਰੇਜ ਬਹੁਤ ਜ਼ਿਆਦਾ ਹੋ ਰਹੀ ਹੈ, ਅਸੀਂ ਦੱਸ ਵੀ ਰਹੇ ਹਾਂ ਕਿ ਸਾਡੇ ਬੱਚੇ ਲਗਾਤਾਰ ਇਸ ਸਾਈਡ ਜਾ ਰਹੇ ਨੇ, ਅਤੇ ਪ੍ਰਾਈਵੇਟ ਸਕੂਲਾਂ ਦੇ ਨਾਲ ਸਾਡਾ ਕੰਪੀਟੀਸ਼ਨ ਤਾਂ ਹੈ, ਪਰ ਹਮੇਸ਼ਾ ਅਸੀਂ ਉਹਨਾਂ ਤੋਂ ਅੱਗੇ ਹੀ ਹੈ। ਸਾਡਾ ਸਟਾਫ ਬਹੁਤ ਮਿਹਨਤੀ ਹੈ, ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਇੱਧਰ ਹੀ ਲਗਾਉਣਾ ਚਾਹੀਦਾ। ਹਾਂਜੀ, ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹਾਂ ਸੈਕਿੰਡ ਟਾਈਮ ਵੀ ਮੇਰਾ ਬੱਚਾ ਸਿਲੈਕਟ ਹੋਇਆ ਹੈ, ਅਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸੇ ਤਰ੍ਹਾਂ ਹੀ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਬੱਚਿਆਂ ਦੇ ਬਰਾਬਰ ਲਿਆ ਕੇ ਖੜਾ ਕਰੀਏ, ਅਤੇ ਤਾਂ ਕਿ ਉਹ ਜੋ ਬੱਚੇ ਹੈਗੇ ਸਾਡੇ ਨੀਡੀ ਬੱਚੇ ਹੈਗੇ ਆ, ਡਿਜ਼ਰਵਿੰਗ ਬੱਚੇ ਆ, ਅਸੀਂ ਉਹਨਾਂ ਨੂੰ ਵੀ ਉਹ ਸਾਰੀਆਂ ਓਪਰਚੁਨਿਟੀਜ਼ ਪ੍ਰੋਵਾਈਡ ਕਰੀਏ ਜੋ ਕਿ ਬਾਕੀ ਬੱਚੇ ਅਵੇਲ ਕਰਦੇ ਨੇ। ਇਸ ਮੁਕਾਮ ਤੱਕ ਪਹੁੰਚਣ ਲਈ ਕੀ ਮੈਮ ਪ੍ਰੋਟੋਕੋਲ ਕਿਆ ਹੈ, ਕਿਵੇਂ ਅਪਲਾਈ ਹੁੰਦਾ, ਜਾਂ ਕਿਸ ਤਰ੍ਹਾਂ ਇਸ ਮੁਕਾਮ ਤੱਕ ਪਹੁੰਚਿਆ ਜਾਂਦਾ ਜੀ? ਇਸ ਦੇ ਲਈ ਸਰ ਬੱਚਾ ਜਿਹੜਾ ਹੈਗਾ, ਪਹਿਲਾਂ ਤਾਂ ਓਵਰਆਲ ਜਿਹੜਾ ਬੱਚਾ ਪੜ੍ਹਾਈ ਦੇ ਵਿੱਚ ਵੀ ਵਧੀਆ ਹੋਣਾ ਚਾਹੀਦਾ ਹੈਗਾ, ਅਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਆ ਕਿ ਉਹਦੀ ਜਨਰਲ ਨੌਲੇਜ, ਮੈਂਟਲ ਐਬਿਲਿਟੀ, ਸਾਇੰਸ ਵਿਸ਼ੇ ਦੇ ਵਿੱਚ, ਮੈਥਸ ਦੇ ਵਿੱਚ, ਸਪੋਰਟਸ ਦੇ ਵਿੱਚ ਵੀ ਅੱਗੇ ਹੋਣਾ ਚਾਹੀਦਾ, ਜਿਹੜੀ ਕਿ ਸਾਡੇ ਅਧਿਆਪਕਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ। ਅਤੇ ਬਾਕੀ ਓਵਰਆਲ ਜਿੱਦਾਂ ਬੱਚਾ ਪ੍ਰੋਜੈਕਟਸ ਕਰਦਾ ਹੈਗਾ ਕਿ ਨੈਸ਼ਨਲ ਲੈਵਲ 'ਤੇ, ਸਟੇਟ ਲੈਵਲ 'ਤੇ, ਉਹਦੇ 'ਤੇ ਫਰਦਰ ਉਹਨੂੰ ਉਹਦੇ ਬੈਨੀਫਿਟ ਮਿਲਦਾ, ਤਾਂ ਸਾਡੇ ਬੱਚੇ ਕਾਫੀ ਨੈਸ਼ਨਲ ਲੈਵਲ 'ਤੇ 3-4 ਵਾਰੀ ਪਰਫੋਰਮ ਕਰ ਚੁੱਕੇ ਆ, ਜਿਹਦੇ ਕਰਕੇ ਕਿ ਹੁਣ ਅੱਜ ਉਹ ਇਸ ਮੁਕਾਮ 'ਤੇ ਪੁੱਜੇ ਹੈਗੇ ਆ। ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ, ਮੈਂ ਈਵਨ ਮੈਨੂੰ ਜ਼ਿਆਦਾ ਖੁਸ਼ੀ ਤਾਂ ਇਸ ਕਰਕੇ ਹੈਗੀ ਕਿ ਮੈਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਾ ਰਹੀ ਹਾਂ ਅਤੇ ਇਹਨਾਂ ਬੱਚਿਆਂ ਲਈ ਕੰਮ ਕਰ ਰਹੀ ਹਾਂ, ਅਤੇ ਉਹ ਬੜਾ ਹੀ ਆਪਣੇ ਆਪ 'ਚ ਇੱਕ ਬਲੈਸਿੰਗ ਜਿਹੜੀ ਹੈ ਮਿਲਦੀ ਹੈ ਮੈਨੂੰ, ਬੱਚਿਆਂ ਤੋਂ ਵੀ, ਪੇਰੈਂਟਸ ਤੋਂ ਵੀ, ਈਵਨ ਸਟਾਫ ਤੋਂ ਵੀ, ਅਤੇ ਮੈਂ ਇੱਦਾਂ ਹੀ ਕਰਦੀ ਰਹੂੰਗੀ ਆਪਣੀ ਅੱਗੇ ਮਿਹਨਤ, ਅਤੇ ਇੱਦਾਂ ਬੱਚਿਆਂ ਨੂੰ ਪਹੁੰਚਾਉਂਦੀ ਰਹੂੰਗੀ ਨਵੇਂ ਨਵੇਂ ਮੁਕਾਮ 'ਤੇ। ਘਰ ਦੇ ਵਿੱਚ ਹੁਣ ਖੁਸ਼ੀ ਦਾ ਮਾਹੌਲ ਆ? ਬਹੁਤ ਜ਼ਿਆਦਾ ਸਰ। ਸਰ ਇਹ ਜਿਹੜੀ ਖੁਸ਼ੀ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ, ਪਰ ਇੱਕ ਮਾਂ ਤੁਹਾਡੇ, ਤੁਸੀਂ ਖੁਦ ਸਮਝਦਾਰ ਹੈ ਕਿ ਇੱਕ ਮਾਂ ਪੇਲੀ ਕਿੰਨੀ ਖੁਸ਼ੀ ਦੀ ਗੱਲ ਹੋਊਗੀ ਕਿ ਉਹਦਾ ਬੱਚੇ ਨੇ ਇੰਨੀ ਜ਼ਿਆਦਾ ਅੱਗੇ ਤੱਕ ਤਰੱਕੀ ਕੀਤੀ ਹੈ ਨਾ, ਔਰ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਸੀ ਇਸ ਨੂੰ। ਇਸ ਲਈ ਅਸੀਂ ਨਾ
ਮੈਮ ਦਾ ਥੈਂਕ ਯੂ ਦਿਲੋਂ ਕਰਦੇ, ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸਾਡੇ ਬੱਚੇ ਲਈ। ਹਾਂਜੀ ਬਿਲਕੁਲ ਸਰ, ਔਰ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਅਸੀਂ ਸੋਚਦੇ ਮੁੰਡਾ ਅੱਗੇ ਜਾਂਦਾ, ਮੁੰਡਾ ਅੱਗੇ ਜਾਂਦਾ, ਪਰ ਧੀਆਂ ਦੀ ਵੀ ਉਨੀ ਹੀ ਖੁਸ਼ੀ ਹੁੰਦੀ ਹੈ ਜਦੋਂ ਅੱਗੇ ਤੱਕ ਵੱਧਦੇ ਆ। ਇਹ ਖੁਸ਼ੀ ਸ਼ਬਦਾਂ 'ਚ ਨਹੀਂ ਬਿਆਨ ਕੀਤੀ ਜਾ ਸਕਦੀ ਸਰ। ਨਹੀਂ ਸਰ, ਮੇਰੀ ਲੜਕੀ ਵੀ ਪਹਿਲਾਂ ਪ੍ਰਾਈਵੇਟ ਸਕੂਲ 'ਚ ਪੜ੍ਹਦੀ ਸੀ, ਕਰੋਨਾ ਕਾਲ 'ਚ ਥੋੜ੍ਹੀ ਸਾਡੀਆਂ ਮਜਬੂਰੀਆਂ ਹੋ ਗਈਆਂ, ਇਸ ਕਰਕੇ ਇਹਨੂੰ ਸਰਕਾਰੀ ਸਕੂਲੇ ਲਗਾਉਣਾ ਪਿਆ। ਪਰ ਮੈਂ ਦਿਲੋਂ ਇਹ ਗੱਲ ਕਹੂੰਗਾ ਕਿ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਇੱਕ ਵਧੀਆ ਫੈਸਲਾ ਲਿਆ, ਔਰ ਉਸ ਤੋਂ ਵੀ ਜ਼ਿਆਦਾ ਸਾਨੂੰ ਟੀਚਰ ਵਧੀਆ ਮਿਲੇ ਸਰ। ਸਰ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਲੜਕੀ ਉਹ ਲੜਕੇ 'ਚ ਨਹੀਂ ਫਰਕ ਕਰਨਾ ਚਾਹੀਦਾ, ਧੀਆਂ ਲੜਕੀਆਂ ਨਾਲੋਂ ਸ਼ਾਇਦ ਜ਼ਿਆਦਾ ਮਾਣ ਸਾਨੂੰ ਦਿੰਦੀਆਂ ਨੇ, ਔਰ ਇਹ ਸੋਚ ਤੋਂ ਪਰੇ ਦੀ ਗੱਲ ਹੈ ਸਰ, ਇਹ ਸਾਡੀ ਛੋਟੀ ਸੋਚ ਹੈ, ਇਹਨੂੰ ਬਦਲਣਾ ਚਾਹੀਦਾ।